ਅਸਲਾਮ ਵਾਲੇਕੁਮ ਦੋਸਤੋ, ਤੁਹਾਡਾ ਭਾਈ ਅਲੀ ਵੱਟੂ। ਤੁਸੀਂ ਵੇਖਦੇ ਹੋ ਜੀ ਮੇਰਾ ਯੂਟਿਊਬ ਚੈਨਲ, ਅਤੇ ਅੱਜ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਬਲੈਕ ਇੰਜਨ ਹੈ ਤਾਂ ਬੰਦ, ਬੜਾ ਪੁਰਾਣਾ ਇੰਜਨ ਹੈ ਲੇਕਿਨ ਫਿਰ ਵੀ ਅਸੀਂ ਤੁਹਾਨੂੰ ਇੱਕ ਦਾ ਪਿਆਰਾ ਜਿਹਾ ਵਲੌਗ ਵਿਖਾਉਂਦੇ ਹਾਂ। ਵੇਖੋ ਜੀ, ਕਾਫੀ ਅਰਸੇ ਤੋਂ ਬੰਦ ਵੀ ਹੈ। ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਵੀ ਕੋਈ ਚੀਜ਼ ਪੁਰਾਣੇ ਟਾਈਮ ਦੀ ਮਿਲੇ ਅਸੀਂ ਤੁਹਾਨੂੰ ਬਾਈਆਂ ਨੂੰ ਵਿਖਾਵੀਏ। ਇਹ ਅੰਗਰੇਜ਼ਾਂ ਦੇ ਟਾਈਮ ਦਾ ਇੰਜਨ ਹੈ, ਬਹੁਤ ਮਜ਼ਬੂਤ ਚੀਜ਼ ਹੈ ਲੇਕਿਨ ਫਿਲਹਾਲ ਬੰਦ ਹੈ। ਇਹ ਜੀ ਜੱਟਾ ਟਾਈਪ ਚੀਜ਼ਾਂ ਲੱਗੀਆਂ ਨੇ, ਪਿੱਛੋਂ ਪਾਣੀ ਆ ਰਿਹਾ ਤਾਂ ਫਿਰ ਮੋਟਰਾਂ ਅੱਗੇ ਜਾ ਰਹੀਆਂ ਲੈ ਕੇ। ਇਹ ਵੇਖੋ ਜੀ ਮੋਟਰਾਂ ਲੱਗੀਆਂ ਨੇ ਬੜੀਆਂ ਬੜੀਆਂ। ਇਹ ਅੰਗਰੇਜ਼ਾਂ ਦੇ ਟਾਈਮ ਜੀ, ਇਹਦੀਆਂ ਪੁਲੀਆਂ ਵੇਖ ਪਿਆ, ਬਲਾਂ ਪੁਲੀਆਂ ਨੇ। ਅੱਛਾ, ਬੰਦੇ ਤੋਂ ਸਟਾਰਟ ਵੀ ਨਹੀਂ ਹੁੰਦਾ, ਬੰਦੇ ਤੋਂ ਨਹੀਂ ਸਟਾਰਟ ਹੁੰਦਾ। ਇਹ ਤਾਂ ਪਾਣੀ ਵਾਲੇ ਵੀ ਬਈ ਦਸ ਕੱਢਦਾ ਸੀ। ਵੈਸੇ ਇੱਕ ਹੀ ਚੱਲਾ ਹੋਇਆ, ਮੋਟਰਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ ਉਹਨੇ, ਲੇਕਿਨ ਇਹਦੀ ਕਦਰ ਨਹੀਂ ਹੈ। ਬਹੁਤ ਪਾਵਰਫੁਲ ਚੀਜ਼ ਹੈ ਬਈ। ਯਾਰ ਉੱਥੇ ਇੰਜਣ ਵੇਖਾ ਮੈਂ ਉਹਨੂੰ, ਬਲਕਿ ਗੇੜਾ ਵੀ ਮੈਂ ਲਾਇਆ, ਇਕੱਲੇ ਬੰਦੇ ਲਾ ਲਏ ਪੋਲੇ ਕੋਣੀ, ਉਹਨੇ ਵੀ ਬਈ ਪਸੀਨਾ ਹੀ ਲੱਗ ਘੱਟ ਛੱਡਿਆ ਯਾਰ। ਇਹਦਾ ਜਿਹੜਾ ਵਾਕਿਆ ਇੰਜਣ ਕੋਣੀ ਵੇਖਾ, ਕਦਾਈ ਨਹੀਂ ਵੇਖਾ ਏਡਾ। ਤੋ
5 ਹੁਣ ਤਾਂ ਵੈਸੇ ਨਾ ਮੋਬਾਈਲ ਸ਼ਬਲਾਇਲ ਕੋਈ ਚੀਜ਼ ਵੀ ਵਿੱਚ ਕੋਈ ਨਹੀਂ ਟੈਂਕੀ ਮੈਨਾਂ ਦਾ